ਜਦੋਂ ਸਕੂਟਰ ਦੀ ਸਪੀਡ ਜਿਹੜੀ ਉਹ ਸਲੋਅ ਹੁੰਦੀ ਹੈ ਤਾਂ ਉਸ ਟਾਈਮ ਪੈਰ ਜਿਹੜਾ ਉਹ ਘੁੰਮਦਾ ਨਹੀਂ, ਤੁਸੀਂ ਵੀ ਦੇਖਿਆ ਜਦੋਂ ਸਪੀਡ ਜਿਹੜੀ ਆਪਾਂ ਜ਼ਿਆਦਾ ਕਰ ਦਿੰਦੇ ਉਸ ਟਾਈਮ ਜਿਹੜਾ ਟਾਇਰ ਘੁੰਮਦਾ, ਸ਼ਾਇਦ ਕਿਸੇ ਪਾਸੇ ਲੱਗਦਾ ਹੈ ਜਾਂ ਕੀ ਪ੍ਰੋਬਲਮ ਆ। ਇਹ ਜਿਹੜਾ ਸਕੂਟਰ ਹੈ ਤੇਲ ਵੀ ਜ਼ਿਆਦਾ ਖਾ ਰਿਹਾ, ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਵੀ ਇਹਦਾ ਟਾਇਰ ਕਿਸੇ ਪਾਸੇ ਲੱਗਦਾ ਕਿ ਟਾਇਰ 'ਚ ਕੀ ਪ੍ਰੋਬਲਮ ਹੋ ਸਕਦੀ ਆ ਤਾਂ ਤੁਸੀਂ ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ, ਬਟ ਮੈਨੂੰ ਨਹੀਂ ਪਤਾ ਲੱਗ ਰਿਹਾ ਕੀ ਪ੍ਰੋਬਲਮ ਹੈ। ਹੈਵੀ ਹੈ ਇਹਦਾ ਟਾਇਰ ਜਿਹੜਾ, ਜਾਂ ਤਾਂ ਇਸਦੇ ਵਿੱਚ ਉਹ ਬੈਰਿੰਗ ਵਗੈਰਾ ਪੈਣ ਵਾਲਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ। ਜਦੋਂ ਐਂ ਮੂਵ ਵੀ ਕਰਦੇ ਹਾਂ ਤਾਂ ਉਦੋਂ ਵੀ ਕਾਫੀ ਜ਼ੋਰ ਲਾ ਕੇ ਮੂਵ ਕਰਨਾ ਪੈਂਦਾ ਹੈ, ਕਾਫੀ ਹੈਵੀ ਹੈ। ਜਦੋਂ ਸਪੀਡ ਆਪਾਂ ਜ਼ਿਆਦਾ ਤੇਜ਼ ਕਰ ਦਿੰਦੇ ਉਦੋਂ ਘੁੰਮਦਾ, ਜਦੋਂ ਸਲੋਅ ਸਪੀਡ ਹੁੰਦੀ ਉਦੋਂ ਇਹ ਘੁੰਮ ਹੀ ਨਹੀਂ ਰਿਹਾ। ਦੁਬਾਰਾ ਚੈੱਕ ਕਰਦੇ ਹਾਂ ਆਪਾਂ, ਬੈਰਿੰਗ ਵਗੈਰਾ ਦੀ ਪ੍ਰੋਬਲਮ ਹੈ, ਕੋਈ ਤਾਂ ਪ੍ਰੋਬਲਮ ਹੈਗੀ ਕਿਸੇ ਪਾਸੇ, ਜਾਂ ਤਾਂ ਇਹ ਲੱਗਦਾ ਤਾਂ ਫਿਰ ਇਸ ਕਰਕੇ ਨਹੀਂ ਘੁੰਮ ਰਿਹਾ, ਇਹਦੀ ਮਾਈਲੇਜ ਵੀ ਨਹੀਂ ਆ ਰਹੀ, ਤੇਲ ਜਿਹੜਾ ਇਹ ਜ਼ਿਆਦਾ ਖਾ ਰਿਹਾ। ਚਲੋ ਆਪਾਂ ਕਿਸੇ ਮਕੈਨਿਕ ਨੂੰ ਦਿਖਾਵਾਂਗੇ ਫਿਰ ਪਤਾ ਲੱਗੂਗਾ, ਜੇ ਤੁਹਾਨੂੰ ਵੀ ਕੋਈ ਨੌਲੇਜ ਹੈ ਇਸ ਬਾਰੇ ਤਾਂ ਤੁਸੀਂ ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ। ਇਸ ਲਈ ਆਪਾਂ ਸਕੂਟਰ ਜਿਹੜਾ ਬਾਹਰ ਕੱਢਿਆ ਸੀਗਾ, ਸੁਬਾਹ ਅਸੀਂ ਗਏ ਸੀ ਕਿਸੇ ਪਾਸੇ ਇਹਦੇ 'ਤੇ, ਅਤੇ ਉਸ ਟਾਈਮ ਆਪਾਂ ਦੇਖਿਆ ਕਿ ਇਹਦੀ ਜਿਹੜੀ ਮਾਈਲੇਜ ਬਹੁਤ ਹੀ ਜ਼ਿਆਦਾ ਘੱਟ ਆ ਰਹੀ ਆ, ਅਤੇ ਜਿਹੜਾ ਇਹ ਸਕੂਟਰ ਜਦੋਂ ਡਰਾਈਵ ਕਰਦੇ ਹਾਂ ਤਾਂ ਕਾਫੀ ਹੈਵੀ ਇੱਦਾਂ ਲੱਗਦਾ ਜਿਵੇਂ ਕਾਫੀ ਹੈਵੀ ਚੱਲ ਰਿਹਾ। ਇਸ ਕਰਕੇ ਹੁਣ ਬਾਹਰ ਕੱਢ ਕੇ ਚੈੱਕ ਕੀਤਾ ਅਤੇ ਤੁਹਾਡੇ ਨਾਲ ਸ਼ੇਅਰ ਕੀਤਾ। ਆਈ ਹੋਪ ਕਿ ਤੁਹਾਨੂੰ ਪਤਾ ਹੋਊਗਾ ਤਾਂ ਤੁਸੀਂ ਮੇਰੇ ਨਾਲ ਕਮੈਂਟ 'ਚ ਜ਼ਰੂਰ ਸ਼ੇਅਰ ਕਰਿਓ ਕਿ ਕੀ ਹੋ ਸਕਦੀ ਪ੍ਰੋਬਲਮ, ਫਿਰ ਆਪਾਂ ਉਹੀ ਪ੍ਰੋਬਲਮ ਜਿਹੜੀ ਮਕੈਨਿਕ ਕੋਲ ਲੈ ਕੇ ਜਾਵਾਂਗੇ। ਇਹੀ ਚੀਜ਼ ਜਿਹੜੀ ਮੈਂ ਛੋਟੀ ਜਿਹੀ ਅਪਡੇਟ ਤੁਹਾਨੂੰ ਦੇਣੀ ਸੀ ਅਤੇ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕੱਲ੍ਹ, ਅਤੇ ਆਈ ਹੋਪ ਕਿ ਤੁਹਾਨੂੰ ਜਿਹੜੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ, ਪਸੰਦ ਆਈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਫਟਾਫਟ ਜਾ ਕੇ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਸੀ ਯੂ ਇਨ ਨੈਕਸਟ ਵੀਡੀਓ।